अस्सलामुअलैकुम। दी वॉइस ऑफ नेशन की तरफ से हाजा फरा शेख एक बार फिर आपकी खिदमत में हाजिर है। सिमरन अक साहिबा इस वक्त हमारे साथ मौजूद है। सिमरन अक साहिबा, हम आपको पाकिस्तान, पंजाब और अपने कल्चर और हर हवाले से हम आपको जी आया नू कहते हैं। हुन पंजाबी से ताड़ना गल करिए, मजा आएगा। जी आया नू। अच्छा जी, कुछ इस तरह है 8 मार्च के बारे नाल, क्योंकि ख़वातीन दा आलमी दिन मनाया जा रहा है, तो क्योंकि सिमरन साहिबा साडे नाल इस वेले मौजूद ने, तो ख़वातीन दे वाले नाल सवाल ते असी पहले कर चुके हैं, लेकिन इस वेले समरीन साहिबा सिमरन साहिबा कोलों असी इन्हां दे नां दे वाले नाल गल करांगे। इन्हां दा नां है सिमरन अक्स। सिमरन अक्स इन्हां दा नां किन्ने रखिया, अक्स तखल्लुस है की है, उन्दे बारे जरा तुसीं रोशनी पाओ, तुसीं की कहना चाहोगे? मैं कहते पढ़िया है कि इश्क ने जिन्हों बर्बाद करना होंगे ना, उन्होंने आप चुन लगता है। मैं लगता है इस नाम ने मैं अपने आप चुन लिया। हाँ। इश्क जिंदा रहा हर आशिक नो बर्बाद करन तो बाद। हाँ, क्या बात है। तो इनाम किसे दा सी? देखो मैं आखदी आ कि मैं शीशे वांग जिस तरह का चेहरा लैके मैं तकोंगी मैं ओह जी नजर आवांगी। मोहब्बत नाल मिलोंगी ते मोहब्बत रिफ्लैक्ट होएगी। शायरी अज इतनी किताब रिलीज हुई है जी कहता है, मेरी गजलां दी पहली किताब है। इस तो पहला एक किताब आई हुई है, कहानियां दी है, मैं ते ओ, उहदे विच ज्यादातर फेमिनिज्म नाल रिलेटेड हो गया। फेमिनिज्म नहीं, औरत दी जिंदगी दे विच किस तरह चीजां वापरदियां ने, औरत उन्हां चीजां नूं किस तरह लैंदी है, और पंजाबी ज़बान विच। हाँ जी, पंजाबी दे विच मैं ते ओह। ते जिहड़ी हुण वाली जी करदा है गज़लां दी है, इह शाहमुखी गुरमुखी दोनों लिपियां दे विच है। अच्छा। ते जी उस तों पहलां एक रिसर्च दी किताब है पंजाबी सिनेमा, उह भी मैं तां जिक्र कर रही कि ओह पाकिस्तानी पंजाबी फिल्म ते साडियां पंजाबियां ही चढ़दे ते लहिंदे पंजाब दे पंजाबी सिनेमा दा ਉਹਦਾ ਇੱਕ ਕੰਪੈਰੀਜ਼ਨ ਹੈ, ਤੁਲਨਾਤਮਕ ਅਧਿਐਨ ਹੈ ਕਿ ਇੱਧਰਲੀਆਂ ਫਿਲਮਾਂ ਵਿੱਚ ਕੀ ਖਾਸ ਹੈ ਸਾਡੀਆਂ ਫਿਲਮਾਂ ਵਿੱਚ। ਅੱਛਾ, ਇਹ ਤੁਸੀਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਗੱਲ ਕੀਤੀ, ਇਹਦੇ 'ਤੇ ਜ਼ਰਾ ਰੋਸ਼ਨੀ ਪਾਓ ਕਿ ਚੜ੍ਹਦਾ ਪੰਜਾਬ ਅਤੇ ਲੱਥ ਦਾ ਪੰਜਾਬ। ਦੇਖੋ ਆਪਾਂ ਹੁਣ ਵੰਡ ਤੋਂ ਬਾਅਦ ਉਹਨਾਂ ਨੇ ਨਾਮ ਰੱਖੇ ਨੇ, ਮਾਵਾਂ ਜਿਵੇਂ ਅਲੱਗ ਹੋ ਜਾਣ, ਕੰਧ ਕੱਢਦੇ ਆ ਅਤੇ ਬੱਚਿਆਂ ਦੇ ਅਸੀਂ ਕਹਿ ਦਈਏ ਉਹ ਫਲਾਨਿਆਂ ਦਾ ਫਲਾਨਿਆਂ ਦਾ ਮਾਂ ਪਿਓ ਦੀ ਹੈ, ਖੈਰ ਚੜ੍ਹਦੇ ਲਹਿੰਦੇ ਜੋ ਮਰਜ਼ੀ ਕਹੀ ਜਾਓ। ਮੈਂ ਪਹਿਲਾਂ ਹੀ ਕਹਿ ਕੇ ਹਟੀ ਹਾਂ ਕਿ ਅਸੀਂ ਇਹ ਪੰਜਾਬ ਜਿਹੜਾ ਨਾ ਪੰਜਾਬੀ ਜ਼ੁਬਾਨ ਕਰਕੇ ਹੈ, ਤੇ ਇਹਦਾ ਪੰਜਾਬੀ ਜ਼ੁਬਾਨ ਤੋਂ ਬਿਨਾਂ ਕੱਖ ਵੀ ਨਹੀਂ ਹੈ। ਨਾ ਫਿਰ ਚੜ੍ਹਦਾ ਨਾ ਫਿਰ ਲੈਂਦਾ, ਡਿੱਗਦੇ ਭਾਵੇਂ ਢਹਿੰਦੇ ਰਹੀਏ, ਨਾਲ ਤੂਫਾਨਾਂ ਖੈਂਦੇ ਰਹੀਏ, ਬਿਨ ਪੰਜਾਬੀ ਰੂਹ ਨਹੀਂ ਖਿੜਨੀ, ਚੜ੍ਹਦੇ ਜਾਂ ਫਿਰ ਲੈਂਦੇ ਰਹੀਏ। ਸੋ ਚੜ੍ਹਦਾ ਲੈਂਦਾ ਛੱਡ ਦਿਓ, ਗੱਲ ਪੰਜਾਬੀ ਦੀ ਹੈ। ਬਹੁਤ ਖੂਬਸੂਰਤ ਗੱਲ, ਸ਼ੁਕਰੀਆ ਜੀ। ਸਿਮਰਨ ਸਾਹਿਬਾ, ਇਹਦੇ ਇਲਾਵਾ ਤੁਸੀਂ ਕੀ ਸੁਣਾਉਣਾ ਪਸੰਦ ਕਰੋਗੇ ਸਾਡੇ ਜਿਹੜੀ ਇਸ ਵੇਲੇ ਪੰਜਾਬੀ ਬੋਲੀ ਦੇ ਹਵਾਲੇ ਨਾਲ ਮਾਮਲਾ ਚੱਲ ਰਹੇ ਨੇ, ਉਹਦੇ 'ਤੇ ਕੀ ਤੁਸੀਂ ਕਹੋਗੇ, ਕੀ ਪੈਗਾਮ ਦੇਵੋਗੇ ਕਿ ਆਉਣ ਵਾਲੇ ਵਕਤਾਂ ਵਿੱਚ ਪੰਜਾਬੀ ਨੂੰ ਕਿਸ ਤਰ੍ਹਾਂ ਅਹਿਮੀਅਤ ਦੇਣੀ ਚਾਹੀਦੀ ਹੈ ਜਿਹਦੇ ਤੋਂ ਸਾਡਾ ਪੰਜਾਬ ਜਿਹੜਾ ਹੈ, ਸਾਡੀ ਮਾਂ ਬੋਲੀ ਜਿਹੜੀ ਆ ਕਾਇਮ ਰਹੇ? ਮਸਲਾ ਜਿਹੜਾ ਨਾ, ਮੈਨੂੰ ਲੱਗਦਾ ਦੋਨੋਂ ਪਾਸੇ ਇੱਕ ਚੀਜ਼ ਚੱਲ ਰਹੀ ਹੈ ਕਿ ਬੱਚੇ ਜਿਹੜੇ ਬਾਹਰ ਵੱਲ ਪ੍ਰਵਾਸ ਕਰਦੇ ਨੇ, ਸਾਡੇ ਕਿਤੇ ਨਾ ਕਿਤੇ ਸਮੱਸਿਆਵਾਂ ਦੀਆਂ ਜੜ੍ਹਾਂ ਉੱਥੇ ਹੀ ਨੇ। ਜਿਹੜੀ ਸਿੱਖਿਆ ਦੀ ਘਾਟ ਹੈ ਔਰ ਸਾਡੇ ਕੋਲ ਰੁਜ਼ਗਾਰ ਦੀ ਘਾਟ ਹੈ, ਹੈ ਨਾ, ਸਭ ਤੋਂ ਵੱਡੀ ਮਾਰ ਹੈ, ਦੋਨੋਂ ਪਾਸੇ ਇੱਕੋ ਜਿਹੀ ਹੈ, ਕਿਤੇ ਨਾ ਕਿਤੇ ਰਾਜਨੀਤੀ ਕਰਕੇ ਹੈ ਆਪਾਂ ਨੂੰ ਪਤਾ ਹੀ। ਅਤੇ ਉਹਦੇ ਕਰਕੇ ਬੱਚੇ ਪ੍ਰਵਾਸ ਜਦੋਂ ਕਰਦੇ ਆ ਤਾਂ ਪ੍ਰਵਾਸ ਰੁਜ਼ਗਾਰ ਦੇ ਨਾਲ ਤਾਂ ਹੈ ਹੀ ਆ, ਪਰ ਉਹ ਬੋਲੀ 'ਤੇ ਜਿਹੜੀ ਮਾਰ ਪੈਂਦੀ ਪਈ ਆ ਪੰਜਾਬੀ 'ਤੇ, ਇੱਕ ਤਾਂ ਉਂਝ ਵੀ ਸਾਡੇ ਵੱਲ ਕੀ ਹੁੰਦਾ ਕਿ ਹਿੰਦੀ ਜਿਹੜਾ ਉਹ ਪਰਿਵਾਰ ਸੇਮ ਹੋਣ ਕਰਕੇ ਪੰਜਾਬੀ 'ਤੇ ਆ ਕੇ ਕਾਬਜ਼ ਕਿਤੇ ਨਾ ਕਿਤੇ ਹੋਣ ਲੱਗ ਜਾਂਦੀ ਹੈ। ਇੱਧਰ ਉਰਦੂ ਦਾ ਗਲਬਾ ਜਿਹੜਾ ਉਸ ਤਰ੍ਹਾਂ ਆ ਜਾਂਦਾ, ਜਿਵੇਂ ਅਸੀਂ ਦੇਖਦੇ ਹਾਂ ਪੰਜਾਬੀ ਫਿਲਮਾਂ ਘੱਟ ਬਣ ਰਹੀਆਂ ਕਿਉਂਕਿ ਉਹਦੀ ਉਰਦੂ ਉਸ ਤਰ੍ਹਾਂ ਕਰ ਲੈਂਦੇ ਹਾਂ, ਜ਼ੁਬਾਨ ਆਪਾਂ ਸਮਝ ਲੈਂਦੇ ਹਾਂ। ਇਸੇ ਤਰ੍ਹਾਂ ਸਾਡੇ ਵੱਲ ਹਿੰਦੀ ਸਿਨੇਮਾ ਦੇਖ ਕੇ ਅਸੀਂ ਉਹ ਖੱਪ ਪੂਰਾ ਕਰ ਲੈਂਦੇ ਹਾਂ ਵੀ ਠੀਕ ਹੈ, ਠੀਕ ਹੈ। ਤਾਂ ਉੱਥੇ ਮੈਂ ਪ੍ਰਵਾਸ ਦੇ ਹਵਾਲੇ ਤੋਂ ਜ਼ਰੂਰ ਆਖਾਂਗੀ ਕਿ ਠੀਕ ਹੈ, ਜਮ ਜਮ ਜਾਓ, ਜਮ ਜਮ ਤੁਸੀਂ ਰੁਜ਼ਗਾਰ ਹਾਸਲ ਕਰੋ, ਪਰ ਉਸ ਜਿਹੜੀ ਸੇਵਾ ਦੇ ਲਈ ਤੁਸੀਂ ਵਾਪਸ ਆਪਣੇ ਵਤਨਾਂ ਨੂੰ, ਆਪਣੀ ਮਿੱਟੀ ਨੂੰ, ਆਪਣੀ ਬੋਲੀ ਨੂੰ ਯਾਦ ਰੱਖੋ। ਆਣਾ ਤੇ ਹੈ ਨਾ, ਆਣਾ ਉਸੇ ਮਿੱਟੀ ਵਿੱਚ ਹੈ ਸੀ। ਹਾਂ, ਤੇ ਸਾਡੀ ਮੁਹੱਬਤ ਐਸੀ ਹੈ ਕਿ ਸਾਨੂੰ ਖਿੱਚੀ ਲਿਆਉਂਦੀ ਹੈ ਇਸ ਮਿੱਟੀ ਵੱਲ। ਬਿਲਕੁਲ ਜੀ, ਉੱਥੇ ਮੈਂ ਇੱਕ ਆਖਾਂਗੀ ਕਿ
ਅੱਖਰਾਂ ਨੂੰ ਨਾਲ ਰੱਖੀ, ਸ਼ਬਦਾਂ 'ਚ ਢਾਲ ਰੱਖੀ, ਛੰਦ ਬਹਿਰ ਵੀ ਜ਼ਰੂਰੀ, ਖਿਆਲਾਂ ਦਾ ਖਿਆਲ ਰੱਖੀ, ਗੁਮਨਾਮ ਹੀ ਨਾ ਹੋ ਜਾਈ, ਵਿਰਸਾ ਸੰਭਾਲ ਰੱਖੀ, ਮਾਵਾਂ ਤਾਂ ਛੱਡ ਕੇ ਚੱਲਿਆ, ਮਾਵਾਂ ਤਾਂ ਛੱਡ ਕੇ ਚੱਲਿਆ, ਬੋਲੀ ਦਾ ਨਾਲ ਰੱਖੀ। ਅਸੀਂ ਆਪਣੀ ਜ਼ੁਬਾਨ ਨਾਲ ਰੱਖੀਏ, ਪੰਜਾਬੀ 'ਚ ਪੜ੍ਹੀਏ, ਪੰਜਾਬੀ ਲਿਖੀਏ, ਪੰਜਾਬੀ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਗੱਲ ਕਰੀਏ। ਸਭ ਤੋਂ ਵੱਡੀ ਗੱਲ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜ਼ੁਬਾਨ ਦੀ ਮਿਠਾਸ ਜਿਹੜੀ ਹੈ ਗੁੜਤੀ ਨਾਲ ਦੇਈਏ, ਬਹੁਤ ਜ਼ਰੂਰੀ ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਤੁਸੀਂ ਬਹੁਤ ਅੱਛਾ ਪੈਗਾਮ ਦਿੱਤਾ ਸਾਨੂੰ। ਇਨਸ਼ਾਅੱਲਾ ਤਾਲਾ ਸਾਡੀ ਫਿਰ ਮੁਲਾਕਾਤ ਰਹੇਗੀ। ਇਜਾਜ਼ਤ ਦਿਓ, ਵੋਇਸ ਆਫ ਨੇਸ਼ਨ ਵੱਲੋਂ ਹਾਜ਼ਾ ਫਰਾ ਸ਼ੇਖ ਨੂੰ ਅਸਲਾਮ ਵਾਲੇਕੁਮ।